ਹਾਂਜੀ ਸਲਾਮ ਕੀ ਹਾਲ ਹੈ? ਯਸ ਉਸੇ ਤਰ੍ਹਾਂ ਵੀ ਤਾਂ ਠੀਕ ਨੇ। ਅੱਜ ਬਾਹਰ ਸੁਣਾਉਂਦੇ ਗੱਲ ਕਰਾਂਦੇ ਸਾਗਰਾ ਦਾ ਫੈਮਲੀ ਆ। ਇਹਦੇ ਉੱਤੇ ਨਾ ਵੜੈਸ਼ ਮੇਰੇ ਨਾਲ ਬਈ ਤੇ ਵੜੈਚਾ ਮਾਉਦਾ ਮੈਂ ਜਿੱਦਣ ਹੀ ਆਇਆ ਮਸ਼ੀਨਾਂ ਨਹੀਂ ਉੱਤੋਂ ਲੱਥੀਆਂ ਆ ਜਿਹੜੀਆਂ ਨੇ ਆ ਕੰਮ ਵਾਲੀਆਂ ਤੇ ਇਹਨਾਂ ਦਾ ਕੀ ਰੀਜ਼ਨ ਹੈ? ਬਈ ਇਹ ਸਗਰਾ ਦਾ ਫੈਮਲੀਆ ਜਿਹੜਾ ਨਾ 133 ਸਾਲ ਹੋ ਗਏ ਨੇ ਬਣਦਿਆਂ। ਅੱਛਾ ਇਹ ਮੁਕੰਮਲ ਨਹੀਂ ਹੋਇਆ, ਅਰਾਊਂਡ 30 ਸਾਲ ਹੋਰ ਲੱਗਣੇ ਨੇ ਮੁਕੰਮਲ ਹੁੰਦਿਆਂ। ਸਹੀ ਹੈ, ਠੀਕ ਹੈ। ਔਰ ਦੁਨੀਆ ਤੇ ਪੂਰੀ ਦੁਨੀਆ ਤੇ ਦੂਸਰੇ ਨੰਬਰ ਤੇ ਕੰਸਿਡਰ ਕੀਤਾ ਜਾਂਦਾ ਹੈ ਜਿਹੜਾ ਮੋਸਟ ਵਿਜ਼ਿਟਡ ਜਿਹੜਾ ਹੈ ਨਾ ਬੰਦੇ ਜੋ ਤੂੰ ਵਿਜ਼ਿਟ ਕਰ ਚੁੱਕੇ ਨੇ। ਸਹੀ ਹੈ, ਪਹਿਲੇ ਨੰਬਰ ਤੇ ਫਰਾਂਸ 'ਚ ਟਾਵਰ ਹੈ, ਉਹ ਸਾਰੀ ਦੁਨੀਆ ਨੂੰ ਪਤਾ ਹੈ ਅਲਫਾ ਟਾਵਰ। ਦੂਸਰੇ ਨੰਬਰ ਤੇ ਆਵੇ ਤੇ ਇਹ ਜਦੋਂ ਬਣੇਗਾ ਇਹ ਦੁਨੀਆ ਦਾ ਇੱਕ ਅਜੂਬਾ ਜਿਹੜਾ ਨਾ ਕਰਾਰ ਦਿੱਤਾ ਜਾਣਾ ਹੈ। ਤੇ ਅੱਗੇ ਹੋਰ ਕੀ ਬਿਆਨਦੇ ਹੋ? ਇਹ ਜਿਸ ਟਾਈਮ ਤਿਆਰ ਹੋਣਾ ਹੈ ਪੂਰਾ ਇਹਦੇ ਉੱਤੇ ਉੱਚੀ ਮਤਲਬ ਕਿ ਬਿਲਡਿੰਗ ਬਾਰਸਲੋਨਾ ਵਿੱਚ ਨਹੀਂ ਬਣਨ ਲੱਗੀ ਜਦੋਂ ਉਹ ਕੀ ਵਜ੍ਹਾ ਹੋ ਗਿਆ ਨਾ ਇਹਦੇ ਤੋਂ ਕੋਈ ਬਿਲਡਿੰਗ ਵੀ ਜਿਹੜਾ ਬਾਰਸਲੋਨਾ ਇਹਦੇ ਤੋਂ ਉੱਚੀ ਨਹੀਂ ਹੋਣ ਲੱਗੀ। ਇਹ ਮੋਨੂਮੈਂਟ ਜਿਹੜਾ ਹੁੰਦਾ ਨਾ ਇੱਕ ਬਾਰਸਲੋਨਾ 'ਚ ਉਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜਾ ਨਾ ਉਹਦਾ ਸ਼ਨਾਖਤ ਹੁੰਦੀਆਂ ਨੇ ਸ਼ਹਿਰ ਦੀ। ਸਹੀ ਹੈ, ਕੀ ਸ਼ਹਿਰ ਕੋਈ ਮੰਦਰ ਚਰਚ ਇਹਨਾਂ ਦਾ ਇਹਦਾ ਨਾ ਚਰਚ ਜਿਹੜਾ ਨਾ ਇੱਕ ਸਗਰਾ ਦਾ ਫੈਮਲੀਆ ਮਤਲਬ ਜਿਸ ਤਰ੍ਹਾਂ ਖਾਨਦਾਨ ਹੁੰਦਾ ਨਾ ਖਾਨਦਾਨ ਨਾਂ ਸੀ ਇੱਕ ਸਗਰਾ ਦਾ ਉਹਨੇ ਜਗ੍ਹਾ ਲਾਟ ਕੀਤੀ ਸੀ ਇੱਕ ਚਰਚ ਵਾਸਤੇ ਨਾਰਮਲ ਵਾਸਤੇ, ਠੀਕ ਹੈ। ਉਹ ਇੱਕ ਗਾਉਡੀ ਹੋਇਆ ਇੱਥੇ ਨਾ ਬੜਾ ਫੇਮਸ ਆਰਟਿਸਟ ਹੈ ਪੂਰੀ ਦੁਨੀਆ ਤੇ ਜਿਹੜੇ ਬੰਦੇ ਇਹਦੇ ਨਾਲ ਸ਼ੌਕ ਰੱਖਦੇ ਨਾ ਗਾਉਡੀ ਇਹ ਬਾਰਸਲੋਨਾ ਮਸ਼ਹੂਰ ਸਪੇਨ ਦਾ ਉਹਨੇ ਇਹਨੂੰ ਆਰਟ ਕੀਤੇ ਹੈ ਔਰ ਇਹ ਬਣਿਆ ਹੈ ਔਰ ਗਾਉਡੀ ਜਿਹੜਾ ਹੈ ਨਾ ਪੂਰੀ ਦੁਨੀਆ ਦੇ ਫੇਮਸ ਹੈ ਜਿਹਨੇ ਬਹੁਤ ਚੰਦ ਚੀਜ਼ਾਂ ਬਣਾਈਆਂ ਨੇ ਪਰ ਜਿਹੜੀਆਂ ਵੀ ਇਸ ਬਣਾਈਆਂ ਨੇ ਨਾ ਉਹ ਪੂਰੀ ਦੁਨੀਆ ਦੇ ਜਿਹੜੇ ਬੰਦੇ ਚੀਜ਼ ਨਾਲ ਰਿਲੇਟਡ ਨੇ ਉਹਨਾਂ ਨੂੰ ਪਤਾ ਹੋਵੇਗਾ ਗਾਉਡੀ ਦਾ ਵੀ ਤੇ ਸਗਰਾ ਦਾ ਫੈਮਲੀਆ ਦਾ ਵੀ। ਇਹਦੇ ਵਿੱਚ 7 ਦਿਨ ਪਹਿਲੇ ਟਿਕਟ ਖਰੀਦਣੀ ਪੈਂਦੀ ਹੈ ਜੇ ਤੁਸੀਂ ਉਹਨਾਂ ਕੋਲ ਨਾ ਸਾਡੇ ਕੋਲ ਪੈਸੇ ਵੀ ਨੇ ਤੇ ਤਾਂ ਅੰਦਰ ਵੜਨ ਦੇ ਤੇ ਫੁੱਲ ਅੰਦਰ ਰਹਿੰਦੇ ਤਾਂ ਬੰਦਰ ਆ ਲਾਈਨ 'ਚ ਲੱਗੇ ਨੇ ਦਿਸ ਰਹੇ ਨੇ ਜਿਹਨੇ ਟਿਕਟ ਨਹੀਂ ਮਿਲਦੀ ਸਿਰਫ ਬਾਹਰੋਂ ਨਜ਼ਰ ਆ ਰਿਹਾ ਅੰਦਰ ਵੜਨੇ ਵਾਸਤੇ। ਆਹੋ ਥੋੜਾ ਜਿਹਾ ਵੀ ਉਹ ਵੀ ਭਰਾਵਾਂ ਨੂੰ ਵਿਖਾਈਏ ਤਾਂ ਗੋਰਾ ਕੁੱਦੇ ਹੋਏ ਆਏ ਗੋਰੀ ਦੀ ਆ ਪੁੱਤਰਾ ਅਲਾ ਇਹ ਨਾ ਆਪਣਾ ਟੂਰ ਬੱਸਾਂ ਨੂੰ ਵਿੰਦੇ ਵਿੱਚ ਲੈ ਕੇ ਹੁੰਦੀਆਂ ਬਸ ਥੱਲੇ ਕਰੋ ਨਾ ਵਾਓ ਟੂਰਿਸਟ ਬਸ ਬਾਤ ਨੂੰ ਨਾ ਇਹ ਪਿੱਛੇ ਵੀ ਅਲਾ ਬਈ ਇਹ ਆਪਣਾ ਵਖਾਂਦਾ ਮੁਲਕ ਬਾਹਰ ਹੋਈ ਤੇ ਖਲੋ ਕੇ ਤੇ ਅਗਾਂ ਜਾਂਦਾ। ਹਾਂਜੀ ਹਾਂ ਜੀ ਹੋ ਗਿਆ ਉਹ ਉੱਤੇ ਘੋੜੇ ਖੋਤੇ ਵੀ ਵਿੱਚ ਬੱਤੇ ਨੇ ਹੈ ਨਾ ਘੋੜੇ ਬਣਾਏ ਨੇ ਨਾ ਪੱਥਰ ਦੇ ਠੀਕ ਹੈ ਆਰਟ ਕੀਤੀ ਹੈ ਸਾਰਾ ਆਰਟ ਵਿੱਚ ਬਾਰਸਲੋਨਾ ਜਿਹੜਾ ਸ਼ਹਿਰ ਹੈ ਨਾ ਬੇਸ਼ਕ ਜੀ ਇਹ ਆਰਟ ਦੀ ਵਜ੍ਹਾ ਤੋਂ ਪੂਰੇ ਯੂਰਪ 'ਚ ਮਸ਼ਹੂਰ ਹੈ ਬਾਰਸਲੋਨਾ ਸਿਰਫ ਮਸ਼ਹੂਰ ਹੈ ਆਰਟ ਦੀ ਵਜ੍ਹਾ ਤੋਂ ਇਸ ਵਜ੍ਹਾ ਤੋਂ ਬਾਰਸਲੋਨਾ 'ਚ ਬਹੁਤ ਜ਼ਿਆਦਾ ਟੂਰਿਸਟ ਹੁੰਦਾ ਹੈ। ਚੰਗਾ ਵਾ ਸਿਰ ਚਾਹਣਾ ਪਾਉਂਦਾ ਉੱਤੋਂ ਵੇਖਣਾ ਵਾ ਨਜ਼ਰ ਆ ਰਿਹਾ ਨਾ ਦਰਮਿਆਨ ਚ ਇਹ ਜਿੰਨਾ ਉੱਚਾ ਇਸ ਤੋਂ ਇੰਨਾ ਉੱਚਾ ਹੋਰ ਲੱਗਣਾ ਉਤਾਂ ਲਗਾਉਣਾ ਨੇ ਜੇ ਹਲਾ ਤਾਂ ਵਾਸਤੇ ਉੱਤੇ ਉਹ ਕਰੇਨ ਹੈ ਜੇ ਟੰਗੀ ਮੈਨ ਪਤਾ ਕੀ ਸਹੀ ਹੋਏ ਬੜਾ ਚਾ ਮੈਂ ਆਉਂਦਾ ਰਹਿੰਦਾ ਬਾਹਰ ਸਲੋਨੇ ਮੈਂ ਆਖਿਆ ਵਖਦਾ ਹੀ ਵਾਲ ਮੁਰੰਮਤ ਹੁੰਦੀ ਹੈ ਮੈਨੇ ਆਈ ਮਾਉਦਿਆ ਤੂੰ ਰੇਲ ਗੱਲ ਦੱਸੀਏ ਵਾਏ ਜੇ ਬਣਦਾ ਪਿਆ ਤੇ 130 ਸਾਲ ਹੋ ਗਏ 30 ਸਾਲ ਹੋ ਗਏ ਨੇ ਜੇ ਤਿਆਰ ਮੁਕੰਮਲ ਮਤਲਬ ਨਹੀਂ ਹੋਇਆ ਤੇ ਪੂਰੀ ਦੁਨੀਆ ਤੋਂ ਬਹੁਤ ਸਾਰੇ ਬੰਦੇ ਨੇ ਜੇ ਮੁਕੰਮਲ ਵੀ ਨਹੀਂ ਹੋਇਆ ਤੇ ਬਹੁਤ ਸਾਰੇ ਬੰਦੇ ਨੇ ਵਿਜ਼ਿਟ ਵੀ ਕਰ ਚੁੱਕੇ ਨੇ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਤੁਹਾਨੂੰ ਪਤਾ ਲੱਗ ਗਿਆ ਇਹ ਦੁਨੀਆ ਦਾ ਇੱਕ ਮੋਸਟ ਵਿਜ਼ਿਟਡ ਜਗ੍ਹਾ ਜਿੱਥੇ ਨਾ ਜਿੱਥੇ ਪੂਰੀ ਦੁਨੀਆ
ਇਹਨੂੰ ਆ ਕੇ ਵਿੰਦੀ ਹੈ ਐਫਲ ਟਾਵਰ ਤੋਂ ਬਾਅਦ। ਇਹਦੇ ਨੇੜੇ ਤੇੜੇ ਮਸ਼ਹੂਰ ਕਿਹੜੀ ਜਗ੍ਹਾ ਹੈ ਬਾਰਸਲੋਨਾ ਦੀ? ਇੱਥੇ ਵੀ ਆ ਕਾਫੀ ਮਤਲਬ ਆ ਜਿਹੜਾ ਰਸ਼ ਹੈ ਨਾ ਆਵਾਮ ਵਹਿੰਦੇ ਹੋਏ ਇਹਦੀਆਂ ਫੋਟੋਆਂ ਸ਼ੋਟੋਆਂ ਬਣਾ ਰਹੀ ਹੈ। ਇਹ ਸਿਰਫ ਇਹਦੇ ਆ ਮਸ਼ਹੂਰ ਹੋਣੇ ਦੀ ਵਜ੍ਹਾ ਤੋਂ ਆ ਜਿਹੜਾ ਨਾ ਇਨਫੋਰਮੇਸ਼ਨ ਦੇਣੇ ਵਾਸਤੇ। ਚਲੋ ਪੱਕ ਹੋ ਗਿਆ, ਮੈਨੂੰ ਵੀ ਬਾਈ ਅਜੇ ਤਿਆਰ ਨਹੀਂ ਹੋਇਆ, ਅਜੇ 3 ਸਾਲ ਹੋਰ ਲੱਗਣੇ ਨੇ। ਮੈਂ ਕਿਹਾ ਉਹਦੇ ਉੱਤੇ ਕਰੇਨ ਟੰਗੀ ਨੇ ਵਕਰਮ ਵਾਲੇ, ਕੋਈ ਨਵਾਂ ਸ਼ੀਸ਼ਾ ਲਾਉ ਨਾ। ਠੀਕ ਹੈ, ਓਕੇ ਓਕੇ। ਏਅਰਪੋਰਟ ਤੇ ਮੈਨੂੰ ਛੱਡਣ ਤੇ ਮੈਂ ਨਾ ਇੱਥੇ